ਨਹੀਂ ਬਾਕੀ ਇਤਨੀਆਂ ਸਰਦੀਆਂ ਆਏ ਕੋਈ ਨਹੀਂ ਤਿੰਨ ਦਫਾ ਤਾਂ ਸਾਰੇ ਪੰਜਾਬ ਵਿਚ ਜਾਂ ਸਾਰੇ ਮੁਲਤਾਨ ਵਿਚ ਆਖੋ ਜਾਂ ਸਾਰੇ ਕਰਾਚੀ ਏ ਜ਼ਿਆਦਾ ਸਰਦੀ ਆਈ ਹੈ ਇਹੀ ਦਫਾ ਆਈ ਹੈ ਬਲਕਿ ਅੱਜ ਵੀ ਸਰਦੀ ਆਈ ਪਈ ਕੋਇਟਾ ਦੀਆਂ ਠੰਡੀਆਂ ਠੰਡੀਆਂ ਹਵਾਵਾਂ ਜਿਹੜੀਆਂ ਉਹ ਚੱਲਦੀਆਂ ਪੈਣ ਠੀਕ ਹੈ ਠੰਡੀਆਂ ਠੰਡੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਪੈਣ ਜਿਹੜੀਆਂ ਕਿ ਮੌਸਮ ਦੀ ਵਜ੍ਹਾ ਤੋਂ ਕਰਾਚੀ ਕੋ ਠੰਡਾ ਕੀਤੀ ਪੈਣ ਤਾਂ ਅਸਾਂ ਵੀ ਚਾਹੁੰਦੇ ਸੀ ਜੋ ਜ਼ਿਆਦਾ ਸਰਦੀਆਂ ਆਵੇਨ ਤਾਂ ਕਿ ਅਸਾਂ ਇੰਜੋਏ ਕਰੂੰ ਤੇ ਠੰਡੇ ਜਿਹੜੇ ਨਾ ਸਾਰੇ ਪੰਜਾਬ ਵਾਲੇ ਲੋਕ ਜਿਹੜੇ ਜਿੰਨੀ ਠੰਡ ਆਵੇ ਜਾਂਦੇ ਇਨ ਦਫਾ ਜਿਹੜੇ ਠੰਡ ਆਈ ਨਹੀਂ ਕਿਆ ਖਿਆਲ ਹੈ ਤੁਹਾਨੂੰ ਗਾਣਾ ਸੁਣਾਓ ਖੂਬਸੂਰਤ ਜਿਹਾ ਸੌਂਗ ਬੜਾ ਮਸ਼ਹੂਰ ਸੌਂਗ ਇਰਮ ਸਿਆਲ ਦੇ ਜਿੰਨੇ ਵੀ ਫੈਨ ਇਨ ਪੇ ਉਹਨਾਂ ਨੂੰ ਡੈਡੀਕੇਟ ਕਰਿੰਦੇ ਸੀ ਇਹ ਸੌਂਗ ਇਰਮ ਸਿਆਲ ਦੇ ਜਿੰਨੇ ਵੀ ਫੈਨ ਇਨ ਪੇ ਉਹਨਾਂ ਨੂੰ ਡੈਡੀਕੇਟ ਕਰਿੰਦੇ ਸੀ ਇਹ ਸੌਂਗ ਬੜਾ ਮਸ਼ਹੂਰ ਸੌਂਗ ਇਰਮ ਸਿਆਲ ਦੇ ਜਿੰਨੇ ਵੀ ਫੈਨ ਹਨ ਤੇ ਉਹਨਾਂ ਨੂੰ ਡੈਡੀਕੇਟ ਕਰਿੰਦੇ ਸੀ ਇਹ ਸੌਂਗ ਇਰਮ ਸਿਆਲ ਦੇ ਜਿੰਨੇ ਵੀ ਫੈਨ ਹਨ ਤੇ ਉਹਨਾਂ ਨੂੰ ਡੈਡੀਕੇਟ ਕਰਿੰਦੇ ਸੀ ਇਹ ਸੌਂਗ ਬੜਾ ਮਸ਼ਹੂਰ ਸੌਂਗ ਇਰਮ ਸਿਆਲ ਦੇ ਜਿੰਨੇ ਵੀ ਫੈਨ ਹਨ ਤੇ ਉਹਨਾਂ ਨੂੰ ਡੈਡੀਕੇਟ ਕਰਿੰਦੇ ਸੀ ਇਹ ਸੌਂਗ ਦਿਲ ਨਾਲ
ਨਾਲ ਬਣ